ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਦਰਿੰਦਰ ਐਜੂਕੇਸ਼ਨ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਮਹਾਦੀਪ ਤੇ ਮਹਾਸਾਗਰਾਂ ਦੇ ਨਾਲ ਸਬੰਧਿਤ ਇੰਪੋਰਟੈਂਟ MCQ ਨੂੰ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਵੀ ਸਾਡੇ ਚੈਨਲ ਦੇ ਉੱਤੇ ਐਸਐਸਟੀ ਦੇ ਨਾਲ ਸਬੰਧਿਤ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਅਪਲੋਡ ਕੀਤੀਆਂ ਗਈਆਂ ਨੇ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਤੇ ਆਪਣੀ ਤਿਆਰੀ ਕਰ ਸਕਦੇ ਹੋ ਤਾਂ ਅਸੀਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਡੀ ਏਸ਼ੀਆ ਮਹਾਦੀਪ ਏਸ਼ੀਆ ਮਹਾਦੀਪ ਸਭ ਤੋਂ ਵੱਡਾ ਮਹਾਦੀਪ ਹੈ ਜਿਸ ਦੇ ਵਿੱਚ ਕਾਰ ਦੀ ਕਰਕ ਰੇਖਾ ਲੰਗਦੀ ਹੈ ਦੂਸਰਾ ਪ੍ਰਸ਼ਨ ਹੈ ਸਾਡੇ ਕੋਲ ਸੰਸਾਰ ਦਾ ਸਭ ਤੋਂ ਛੋਟਾ ਮਹਾਦੀਪ ਕਿਹੜਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਪ ਹੈ ਉਹ ਹੀ অপਸ਼ਨ ਸੀ ਆਸਟ੍ਰੇਲੀਆ ਮਹਾਦੀਪ ਆਸਟ੍ਰੇਲੀਆ ਮਹਾਦੀਪ ਸਭ ਤੋਂ ਛੋਟਾ ਮਹਾਦੀਪ ਹੈ ਇਹ ਚਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ ਹੈ ਇਸੇ ਕਰਕੇ ਇਸ ਨੂੰ ਟਾਪੂ ਮਹਾਦੀਪ ਵੀ ਕਿਹਾ ਜਾਂਦਾ ਹੈ ਨੈਕਸਟ ਤੀਸਰਾ ਪ੍ਰਸ਼ਨ ਹੈ ਸੰਸਾਰ ਵਿੱਚ ਕੁੱਲ ਕਿੰਨੇ ਮਹਾਦੀਪ ਹਨ ਤਾਂ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ B 7 संसार संसारे कुल सत महाद्वीप हैं पहला है एशिया दूसरा अफ्रीका तीजा उत्तरी अमरीका चौथा दखनी अमरीका अंटार्टिका छेवं यूरोपा ऑस्ट्रेलिया। अपने ऑलरेडी ये ने के डिस्कस किए ने कि सब तो जब वा महाद्वीप है वह है ਏਸ਼ੀਆ ਮਹਾਦੀਪ ਤੇ ਸਭ ਤੋਂ ਛੋਟਾ ਜਿਹੜਾ ਮਹਾਦੀਪ ਹੈ ਉਹ ਹੈ ਆਸਟ੍ਰੇਲੀਆ ਮਹਾਦੀਪ ਚੌਥਾ ਪ੍ਰਸ਼ਨ ਹੈ ਸਾਡੇ ਕੋਲ ਕਿਸ ਮਹਾਦੀਪ ਨੂੰ ਚਿੱਟਾ ਮਹਾਦੀਪ ਕਿਹਾ ਜਾਂਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਏ ਅੰਟਾਰਕਟਿਕਾ ਮਹਾਦੀਪ ਅੰਟਾਰਕਟਿਕਾ ਮਹਾਦੀਪ ਸਾਰਾ ਬਰਫ਼ ਦੇ ਨਾਲ ਢਕਿਆ ਰਹਿੰਦਾ ਹੈ ਜਿਸ ਕਰਕੇ ਇਸ ਨੂੰ ਚਿੱਟਾ ਮਹਾਦੀਪ ਕਿਹਾ ਜਾਂਦਾ ਹੈ ਇਸ ਮਹਾਦੀਪ ਉੱਪਰ ਇਹਲਵਾਜੂ ਹਾਲਾਤਾਂ ਕਰਕੇ ਜੀਵਨ ਸੰਭਵ ਨਹੀਂ ਹੈ ਪੰਜਵਾਂ ਪ੍ਰਸ਼ਨ ਹੈ ਸਾਢੇ ਕੁਲ ਉਸ ਮਹਾਦੀਪ ਦਾ ਨਾਮ ਦੱਸੋ ਜਿਸ ਵਿੱਚੋਂ ਭੂਮੱਧ ਰੇਖਾ ਗੁਜ਼ਰਦੀ ਹੈ ਤਾਂ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ ਆਪਸ਼ਨ ਸੀ अफ्रीका अफ्रीका महाद्वीप ਦੇ ਵਿੱਚੋਂ ਦੀ ਭੂਮਧ ਰੇਖਾ ਗੁਜ਼ਰਦੀ ਹੈ 6ਵਾਂ ਪ੍ਰਸ਼ਨ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਤਾਂ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ ਆਪਸ਼ਨ A ਰੂਸ ਰੂਸ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ਸਤਮਾ ਪ੍ਰਸ਼ਨ ਹੈ ਸਾਡੇ ਕੋਲ ਸੰਸਾਰ ਦਾ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ਤਾਂ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਸੀ ਵੈਟिकन ਸਿਟੀ ਵੈਟिकन ਸਿਟੀ ਸਭ ਤੋਂ ਛੋਟਾ ਦੇਸ਼ ਹੈ ਜੋ ਕਿ ਯੂਰਪ ਮਹਾਦੀਪ ਦੇ ਵਿੱਚ ਸਥਿਤ ਹੈ ਅੱਠਵਾਂ ਪ੍ਰਸ਼ਨ ਧਰਤੀ ਉੱਤੇ ਕੁੱਲ ਕਿੰਨੇ ਮਹਾਸਾਗਰ ਹਨ ਤੇ ਧਰਤੀ ਦੇ ਉੱਤੇ ਪੰਜ ਵੱਡੇ ਮਹਾਸਾਗਰ ਨੇ ਜਿਹੜੇ ਪਾਏ ਜਾਂਦੇ ਨੇਗੇ ਪਹਿਲਾ ਮਹਾਸਾਗਰ ਹੈ ਸ਼ਾਂਤ ਮਹਾਸਾਗਰ ਦੂਸਰਾ ਅੰਧ ਮਹਾਸਾਗਰ ਤੀਸਰਾ ਹਿੰਦ ਮਹਾਸਾਗਰ ਚੌਥਾ ਆਰਕਟਿਕ ਮਹਾਸਾਗਰ ਤੇ ਪੰਜਵਾਂ ਅੰਟਾਰਕਟਿਕ ਮਹਾਸਾਗਰ ਨੋਮ ਆਪ੍ਰੇਸ਼ਨ ਸੰਸਾਰ ਦਾ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ ਟੀ ਆਰਕਟਿਕ ਮਹਾਸਾਗਰ ਆਰਕਟਿਕ ਮਹਾਸਾਗਰ ਸੰਸਾਰ ਦਾ ਸਭ ਤੋਂ ਛੋਟਾ ਮਹਾਸਾਗਰ ਹੈ 10ਵਾਂ ਪ੍ਰਸ਼ਨ ਹੈ ਸਾਰਟਿਕਲ ਸੰਸਾਰ ਦੀ ਸਭ ਤੋਂ ਡੂੰਗੀ ਖਾਈ ਮਰੀਨਾ ਖਾਈ ਕਿਸ ਮਹਾਸਾਗਰ ਵਿੱਚ ਹੈ ਇਸ ਦਾ ਜਿਹੜਾ ਰਾਈਟ ਜਵਾਬ ਹੈ ਉਹ ਹੈ অপਸ਼ਨ A ਪ੍ਰਸ਼ਾਂਤ ਮਹਾਸਾਗਰ ਸੰਸਾਰ ਦੀ ਸਭ ਤੋਂ ਡੂੰਗੀ ਖਾਈ ਮਰੀਨਾ ਖਾਈ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਹੈ ਤੇ ਇਹ ਪ੍ਰਸ਼ਾਂਤ ਮਹਾਸਾਗਰ ਸੰਸਾਰ ਦੇ ਮਹਾਸਾਗਰਾਂ ਦੇ ਵਿੱਚੋਂ ਸਭ ਤੋਂ ਵੱਡਾ ਮਹਾਸਾਗਰ ਹੈ ਨੈਕਸਟ 11ਵਾਂ ਪ੍ਰਸ਼ਨ ਹੈ ਸਾਡੇ ਕੋਲ ਕਿਹੜਾ ਮਹਾਸਾਗਰ ਤਿੰਨ ਮਹਾਦੀਪਾਂ ਏਸ਼ੀਆ ਅਫਰੀਕਾ ਆਸਟ੍ਰੇਲੀਆ ਨਾਲ ਕਿਰਿਆ ਹੈ ਤਾਂ ਸਾਡੇ ਕੋਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਸੀ ਹਿੰਦ ਮਹਾਸਾਗਰ ਹਿੰਦ ਮਹਾਸਾਗਰ ਤਿੰਨ ਮਹਾਦੀਪਾਂ ਏਸ਼ੀਆ ਅਫਰੀਕਾ ਤੇ ਆਸਟ੍ਰੇਲੀਆ ਦੇ ਨਾਲ ਕਿਰਿਆ ਹੋਇਆ ਹੈ ਨੈਕਸਟ ਹੁਣ ਆਪਾਂ ਗ੍ਰਿਟਾ ਆਤ ਮਾਰਦੀ ਹਾਂ ਦੇ ਵਿਚਕਾਰ ਦੀ ਭੂਮਧ ਰੇਖਾ ਗੁਜ਼ਰਦੀ ਹੈ ਜੋ ਕਿ ਇਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਹੈ ਉੱਪਰਲੇ ਹਿੱਸੇ ਨੂੰ ਉੱਤਰੀ ਅਰਧ ਗੋਲਾ ਤੇ ਹੇਠਲੇ ਹਿੱਸੇ ਨੂੰ ਦੱਖਣੀ ਅੱਧ ਗੋਲਾ ਕਿਹਾ ਜਾਂਦਾ ਹੈ ਇੱਥੇ ਤੁਸੀਂ ਮਹਾਸਾਗਰਾਂ ਤੇ ਮਹਾਦੀਪਾਂ ਦੀ ਸਥਿਤੀ ਨੂੰ ਵੀ ਸਮਝ ਸਕਦੇ ਹੋ ਨੈਕਸਟ ਸਾਡੇ ਕੋਲ 12ਵਾਂ ਪ੍ਰਸ਼ਨ ਹੈ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਕੀ ਹੈ অপਸ਼ਨ A ਹੈ ਤੋਲਾਗਰੀ অপਸ਼ਨ B ਗੋਡਵਿਨ ਆਸਟਨ অপਸ਼ਨ C ਮਾਉਂਟ ਐਵਰੇਸਟ ਤੇ অপਸ਼ਨ D ਕੰਜਨ ਜੰਗਾ ਸੋ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਕੀ ਕਿਹੜੀ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ ਸੋ ਇਸੇ ਜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ